ਸਾਸਤਰੀ ਕਾਲ ਬੇਟਾ ਜੀ ਅੱਜ ਅਸੀਂ ਕਰਾਂਗੇ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਮੋਮੈਂਟਮ ਮੋਮੈਂਟਮ ਦੀ ਡਿਸਕਸ਼ਨ ਹੋ ਚੁੱਕੀ ਹੈ ਬਟ ਕਨਜ਼ਰਵੇਸ਼ਨ ਦਾ ਮਤਲਬ ਕੀ ਹੋ ਗਿਆ ਇਹ ਸਮਝਣਾ ਹੈ ਕਨਜ਼ਰਵੇਸ਼ਨ ਵਰਡ ਦਾ ਮਤਲਬ ਹੁੰਦਾ ਹੈ ਸੇਫ ਰੱਖਣਾ ਸੇਮ ਰੱਖਣਾ ਜਿਵੇਂ ਅਸੀਂ ਕਹਿੰਦੇ ਆ ਜਿਹੜੇ ਸਾਡੇ ਜੰਗਲ ਹਨ ਫੋਰੈਸਟ ਹਨ ਉਹਨਾਂ ਨੂੰ ਕਨਜ਼ਰਵ ਰੱਖੋ ਜਿਹੋ ਜਿਹੇ ਹਨ ਉਹੋ ਜਿਹੇ ਰੱਖੋ ਹੁਣ ਇਹ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਮੋਮੈਂਟਮ ਕਿੱਥੇ ਲੱਗੇਗਾ ਇਹਦੀ ਥੋੜੀ ਡੈਫੀਨੇਸ਼ਨ ਪੜਾਂਗੇ ਇਹ ਕਹਿੰਦਾ ਹੈ ਦ ਟੋਟਲ ਮੋਮੈਂਟਮ ਟੋਟਲ ਮੋਮੈਂਟਮ আচ্ছা ਯਾਨੀ ਕਿ ਡਿਫਰੈਂਟ ਡਿਫਰੈਂਟ ਚੀਜ਼ਾਂ ਦਾ ਸਿੱਧਾ ਟੋਟਲ ਹੋਏਗਾ ਦ ਟੋਟਲ ਮੋਮੈਂਟਮ ਆਫ ਐਨ ਆਈਸੋਲੇਟਿਡ ਸਿਸਟਮ ਉਹ ਸਿਸਟਮ ਕੀ ਹੋ ਗਿਆ ਆਈਸੋਲੇਟਿਡ ਕੀ ਹੋ ਗਿਆ ਪੜਦੇ ਅੱਗੇ विद इंटरैक्टिंग पार्टिकल या ऑब्जेक्ट्स ऐसा सिस्टम जिदे च कुछ ऑब्जेक्ट होन ते ओ आइसोलेटेड होए ओदा टोटल मोमेंटम हमेशा सेम रहेगा या कंजर्व रहेगा ई डेफिनेशन दा मतलब हो गया थोड़ा जे क्लियर करिए आइसोलेटेड दा मतलब की है सिस्टम मी की हो गया बेटा सिस्टम की हुंदा है कुछ चीजां दा अरेंजमेंट जिमे assi कहंदे सी सोलर सिस्टम हैना ਸਨ ਹੈ ਤੇ ਪਲੈਨੇਟਸ ਹਨ ਉਹਨੂੰ ਅਸੀਂ ਸੋਲਰ ਸਿਸਟਮ ਕਹਿੰਦੇ ਹਾਂ ਡਿਫਰੈਂਟ ਆਬਜੈਕਟਸ ਹੈਗੇ ਉਹਦੇ ਚ ਇੰਟਰੈਕਟਿੰਗ ਪਾਰਟੀਕਲ ਮਤਲਬ ਇੱਕ ਦੂਜੇ ਨਾਲ ਕੋਈ ਰਿਲੇਸ਼ਨ ਹੋਵੇ ਜਿਵੇਂ ਸਨ ਤੇ ਅਰਥ ਦਾ ਕੋਈ ਰਿਲੇਸ਼ਨ ਹੈ ਤਾਂ ਹੀ ਤਾਂ ਘੁੰਮਦਾ ਪਿਆ ਹੈ ਰਾਈਟ ਇਸ ਤਰ੍ਹਾਂ ਕੁਝ ਨਾ ਕੁਝ ਰਿਲੇਸ਼ਨ ਹੋਵੇ ਇੱਕ ਦੂਜੇ ਨਾਲ ਟੱਚ ਹੋਣ ਇੰਟਰੈਕਟ ਕਰਦੇ ਹੋਣ ਤੇ ਇਹੋ ਜਿਹਾ ਸਿਸਟਮ ਜੇ ਤੁਹਾਨੂੰ ਕੋਈ ਮਿਲ ਜਾਵੇ ਚਿਹਰੇ ਪੜੇ ਐਗਜ਼ਾਮਪਲ ਤੁਹਾਡੇ ਆਲੇ ਦੁਆਲੇ ਹੈਗੇ ਆ ਅਸੀਂ ਕਰਾਂਗੇ ਡਿਸਕਸ ਤਾਂ ਤੁਸੀਂ ਦੇਖੋਗੇ ਉਹਨਾਂ ਦਾ ਮੋਮੈਂਟਮ ਹਮੇਸ਼ਾ ਸੇਮ ਰਹੇਗਾ ਇੱਕ ਐਗਜ਼ਾਮਪਲ ਇੱਥੇ ਸਟਾਰਟ ਕਰਦੇ ਆਂ ਦੇਖੋ ਇੱਥੇ ਇੱਕ ਗਨ ਪਈ ਹੋਈ ਹੈ ਇਹਦੇ ਅੰਦਰ ਇੱਕ ਬੁਲੇਟ ਹੈ ਜਿਹੜੀ ਥੋੜੀ ਜਿਹੀ ਗਾੜੇ ਕਲਰ ਨਾਲ ਦੱਸੀ ਹੋਈ ਹੈ ਹੁਣ ਇਹ ਇੱਕ ਸਿਸਟਮ ਹੈ ਕਿਉਂ ਦੋ ਪਾਰਟਿਕਲਸ ਹਨ ਕਹਿ ਸਕਦੇ ਹੋ ਜਾਂ ਦੋ ਆਬਜੈਕਟ ਹਨ ਇਹਦੇ ਵਿੱਚ ਅਰੇਂਜਮੈਂਟ ਹੈ ਕੁਝ ਕੀ ਹੈ ਬੁਲੇਟ ਹੈ ਤੇ ਗਨ ਹੈ ਹੋ ਗਏ ਨਾ ਇੰਟਰੈਕਟਿੰਗ ਪਾਰਟਿਕਲਸ ਇੱਕ ਦੂਜੇ ਨਾਲ ਰਿਲੇਸ਼ਨ ਹੈ ਕੁਝ ਠੀਕ ਹੈ ਇਹ ਜੇ ਆਈਸੋਲੇਟਡ ਹੋਏ ਆਈਸੋਲੇਟਡ ਦਾ ਮਤਲਬ ਕੀ ਹੈ ਇਹ ਨਹੀਂ ਕਿ ਕਿਸੇ ਨੇ ਨੂੰ ਹੱਥ ਨਾਲ ਫੜਿਆ ਹੋਇਆ ਹੈ ਕੋਈ ਵੀ ਇਹਦੇ ਨਾਲ ਛੇੜਛਾੜ ਨਹੀਂ ਕਰ ਰਿਹਾ ਹੈ ਇਹ ਗਨ ਇਦਾਂ ਪਈ ਹੋਏ ਕੋਈ ਨਹੀਂ ਹਵਾ ਨਹੀਂ ਚਲਦੀ ਪਈ ਹੈ ਇੱਥੇ ਇਹਨੂੰ ਗ੍ਰੈਵਿਟੀ ਨਹੀਂ ਥੱਲੇ ਨੂੰ ਲੱਗ ਰਹੀ ਕਿ ਥੱਲੇ ਨੂੰ ਖਿੱਚ ਲੈ ਇਹਨੂੰ ਹੋਰ ਕੋਈ ਚੀਜ਼ ਨਹੀਂ ਆਈਸੋਲੇਟਡ ਸੈਪਰੇਸ਼ਨ ਚ ਜੇ ਇਹ ਸਿਸਟਮ ਹੋਵੇ ਤਾਂ ਇਹਦਾ ਮੋਮੈਂਟਮ ਹਮੇਸ਼ਾ ਕਨਜ਼ਰਵ ਰਹੇਗਾ ਸੇਮ ਰਹੇਗਾ ਦੇਖਦੇ ਹਾਂ ਕਿਦਾਂ ਹੁਣ ਦੇਖੋ ਇੱਥੇ ਇੱਕ ਗਨ ਪਈ ਹੋਈ ਹੈ ਜਿਹੜੀ ਬਿਫੋਰ ਫਾਇਰ ਤੇ ਆਫਟਰ ਫਾਇਰ ਯਾਨਕਿ ਗੋਲੀ ਚੱਲਣ ਤੋਂ ਬਾਅਦ ਤੇ ਗੋਲੀ ਚੱਲਣ ਤੋਂ ਪਹਿਲੇ ਅਸੀਂ ਆਬਜ਼ਰਵ ਕਰਨਾ ਹੈ ਹੁਣ ਅਸੀਂ ਲਾਣਾ ਹੈ ਇੱਥੇ ਕਨਜ਼ਰਵੇਸ਼ਨ ਆਫ ਮੋਮੈਂਟਮ ਮੋਮੈਂਟਮ ਸੇਮ ਰਹਿਣਾ ਚਾਹੀਦਾ ਹੈ ਭਾਵੇਂ ਗੋਲੀ ਚੱਲੀ ਹੋਵੇ ਇਹ ਨਾ ਚੱਲੀ ਹੋਵੇ ਜਿਹੜਾ ਮੋਮੈਂਟਮ ਹੈ ਸੇਮ ਹੋਏਗਾ ਕੋਈ ਵੀ ਫਰਕ ਨਹੀਂ ਪਏਗਾ ਉਸ ਤੇ ਔਰ ਇਹ ਬੁਰੀ ਤਰ੍ਹਾਂ ਅਲੱਗ ਹੈ ਆਈਸੋਲੇਟਿਡ ਹੈ ਇਹ ਨਹੀਂ ਕਿ ਤੁਸੀਂ ਹੱਥ ਨਾਲ ਫੜਿਆ ਹੋਇਆ ਹੈ ਜਾਂ ਕੋਈ ਹਵਾ ਚੱਲ ਰਹੀ ਹੈ ਬਹੁਤ ਤੇਜ ਜਿੰਨਾ ਫਰਕ ਪੈ ਜਾਏਗਾ ਕੁਝ ਜਾਂ ਗ੍ਰੈਵਿਟੀ ਹੈ ਗੰਥਲੇ ਡਿੱਗ ਜਾਏਗੀ ਐਦਾਂ ਦਾ ਕੁਝ ਨਹੀਂ ਹੋਣਾ ਪੂਰਾ ਟੋਟਲੀ ਆਈਸੋਲੇਟਿਡ ਸਿਸਟਮ ਹੈ ਗੰਨ ਤੇ ਬੁਲੇਟ ਦਾ ਤਾਂ ਬਿਫੋਰ ਫਾਇਰ ਜਦੋਂ ਅਸੀਂ ਬੰਦੂਕ ਤੇ ਗੋਲੀ ਨਹੀਂ ਚਲਾਈ ਤਾਂ ਅਸੀਂ ਕੱਢਦੇ ਹਾਂ ਵਟ ਵਿਲ ਬੀ ਦਾ ਟੋਟਲ ਮੋਮੈਂਟਮ ਟੋਟਲ ਕਿਉਂ ਲਗਾ ਰਹੇ ਆ ਇੱਥੇ ਮੋਮੈਂਟਮ ਕਿਉਂ ਨਹੀਂ ਕਹਿ ਰਹੇ ਕਿਉਂਕਿ ਬੇਟਾ ਇੱਕ ਚੀਜ਼ ਨਹੀਂ ਹੈ ਇੱਥੇ ਇੱਥੇ ਗਨ ਵੀ ਹੈ ਤੇ ਬੁਲੇਟ ਵੀ ਹੈ ਤਾਂ ਟੋਟਲ ਦੋਹਾਂ ਦਾ ਲਾਣਾ ਪੈਣਾ ਹੈ ਤਾਂ ਮੰਨ ਲਓ ਜਿਹੜਾ ਗੰਦ ਦਾ ਮਾਸ ਹੈ ਉਹ ਐਮ ਜੀ ਨਾਲ ਲਿਖ ਰਿਹਾ ਹਾਂ ਉਹਦੀ ਵੈਲੋਸਟੀ ਵੀ ਜੀ ਮੰਨ ਲਓ ਤੇ ਟੋਟਲ ਲਾਣ ਵਾਸਤੇ ਹੁਣ ਜਿਹੜੀ ਬੁਲੇਟ ਹੈ ਉਹਦਾ ਐਮ ਬੀ ਮੰਨ ਲਿਆ ਮਾਸ ਤੇ ਵੀ ਵੀ ਮੰਨ ਲਈ ਵੈਲੋਸਟੀ ਹੁਣ ਇੱਥੇ ਦੱਸ ਸਕਦੇ ਹੋ ਕੀ ਮੋਮੈਂਟਮ ਹੋਏਗਾ ਵੈਲੋਸਟੀ ਕੀ ਹੈ ਗੰਦੀ ਜ਼ੀਰੋ ਵੈਲੋਸਟੀ ਕੀ ਹੈ ਬੁਲਟ ਦੀ ਜ਼ੀਰੋ ਇਸ ਅਵਸਥਾ ਚ ਜਦੋਂ ਸਟੇਸ਼ਨਰੀ ਹੈ ਕੋਈ ਵੈਲੋਸਟੀ ਨਹੀਂ ਹੈ ਤਾਂ ਮੋਮੈਂਟਮ ਕਿੱਦਾਂ ਹੋਏਗਾ ਤਾਂ ਜਿਹੜਾ ਟੋਟਲ ਮੋਮੈਂਟਮ ਨਿਕਲ ਕੇ ਆਏਗਾ ਉਹ ਕੀ ਆਏਗਾ ਜ਼ੀਰੋ ਆਏਗਾ ਤੁਸਾਨੂੰ ਮੋਮੈਂਟਮ ਪਤਾ ਲੱਗ ਗਿਆ ਹੈ ਹੁਣ ਇਹਨੇ ਕਨਜ਼ਰਵ ਰਹਿਣਾ ਹੈ ਇਨਾ ਸੇਮ ਰਹਿਣਾ ਹੈ ਇਹੀ ਤਾਂ ਸਿਧਾਂਤ ਹੈ ਕਨਜ਼ਰਵੇਸ਼ਨ ਆਫ ਮੋਮੈਂਟਮ ਦਾ ਹੁਣ ਜਦੋਂ ਅਸੀਂ ਗੋਲੀ ਚਲਾ ਦਿੰਦੇ ਹਾਂ ਸੈਕੰਡ ਕੇਸ ਤੇ ਆ ਜਾਂਦੇ ਹਾਂ ਥੱਲੇ ਤਾਂ ਗੰਦ ਦੀ ਜਿਹੜੀ ਬੁਲੇਟ ਹੈ ਉਹ ਤਾਂ ਕਿਸੇ ਸਪੀਡ ਨਾਲ ਲੱਗੇ ਜਾਏਗੀ ਇਹ ਵੀ ਸਾਨੂੰ ਪਤਾ ਹੈ ਚਲੋ ਇੱਥੇ ਵੀ ਸਭ ਤੋਂ ਪਹਿਲੇ ਅਸੀਂ ਲਈਏ ਵਾਟ ਵਿਲ ਬੀ ਦਾ ਟੋਟਲ ਮੋਮੈਂਟਮ ਇਹ ਕੀ ਹੋਣਾ ਚਾਹੀਦਾ ਕਿਦੇ ਬਰਾਬਰ ਹੋਣਾ ਚਾਹੀਦਾ ਸਾਡੇ ਸਿਧਾਂਤ ਦੇ ਹਿਸਾਬ ਨਾਲ 0 ਦੇ ਬਰਾਬਰ ਹੋਣਾ ਚਾਹੀਦਾ ਹੈ ਇਹ ਕਿਦਾਂ ਹੁੰਦਾ ਹੈ ਇਹ ਥੋੜਾ ਸਮਝਣਾ ਹੈ ਸਿ ਫਾਰਮੂਲਾ ਤਾਂ ਉਹੀ ਹੋਏਗਾ ਹੁਣ ਇੱਥੇ v b 0 ਨਹੀਂ ਹੈ ਵੈਲੋਸਟੀ ਹੈ ਕੁਝ ਬੁਲੇਟ ਦੀ ਤਾਂ ਇਹਨੂੰ ਮੈਂ ਕੱਟ ਨਹੀਂ ਸਕਦਾ ਇਹ ਤੇ ਰਹੇਗਾ ਯਾਨੀ ਕਿ ਕੁਝ ਮੋਮੈਂਟਮ ਇੱਧਰਲੀ ਸਾਈਡ ਤਾਂ ਜ਼ਰੂਰ ਹੋਏਗਾ ਇਹ ਮੈਨ ਲਾ ਮੋਮੈਂਟਮ ਆਫ ਬੁਲੇਟ ਪੀ ਵੀ ਕਿਉਂਕਿ ਮੋਮੈਂਟਮ ਵੀ ਇੱਕ ਸਾਡਾ ਵੈਕਟਰ ਹੈ ਕਿਉਂਕਿ ਵੈਲੋਸਿਟੀ ਵੈਕਟਰ ਹੈ ਤਾਂ ਆਬਵੀਅਸਲੀ ਮੋਮੈਂਟ ਵੀ ਵੈਕਟਰਾਈ ਹੀ ਦੱਸ ਸਕਦੇ ਹਾਂ ਇਹ ਰਾਈਟ ਸਾਈਡ ਨੂੰ ਜਾ ਰਿਹਾ ਹੈ ਤਾਂ ਮੋਮੈਂਟਮ ਦੀ ਡਾਇਰੈਕਸ਼ਨ ਉਹੀ ਹੈ ਬੁਲੇਟ ਦੀ ਠੀਕ ਹੈ ਹੁਣ ਇਹ ਤਾਂ ਜ਼ੀਰੋ ਨਹੀਂ ਲੱਗ ਰਿਹਾ ਕਿਉਂਕਿ ਇਹ ਤਾਂ ਮੋਮੈਂਟਮ ਇੱਕ ਆ ਗਿਆ ਰਾਈਟ ਸਾਈਡ ਨੂੰ ਹੈਨਾ ਬੁਲੇਟ ਦੇ ਕਾਰਨ ਬੰਦੂਕ ਦੀ ਗੋਲੀ ਨਿਕਲਣ ਦੇ ਕਾਰਨ ਹੁਣ ਜੇ ਸਾਨੂੰ ਪ੍ਰਿੰਸੀਪਲ ਯਾਦ ਆਵੇ ਕਿ ਇਹ ਜ਼ੀਰੋ ਹੋਣਾ ਚਾਹੀਦਾ ਹੈ ਯਾਨੀ ਕਿ ਇਹ ਜਿਹੜਾ ਬੁਲੇਟ ਦਾ ਮੋਮੈਂਟਮ ਹੈ ਇਹਨੂੰ ਕੋਈ ਨਾ ਕੋਈ ਕੈਨਸਲ ਕਰ ਦੇ जिमें करके टोटल जीरो आ जाए हूँ इतने बुलेट के सिवा कौन है इत दूजा ऑब्जेक्ट इस सिस्टम का कौन है गन है बंदूक है तो बंदूक ने की करना है पिछली साइड मोमेंटम क्रिएट करना है पिछली साइड ही क्यों ता ही करके कैंसल हो जाएगा ये अपना मोमेंटम ऑफ गन प्रोड्यूस करेगी ਜੇ ਅਸੀਂ ਇਹਨਾਂ ਨੂੰ ਐਡ ਕਰੀਏ ਪੀਜੀ ਪਲੱਸ ਪੀਬੀ ਕਰੀਏ ਤਾਂ ਇਹ ਜ਼ੀਰੋ ਦੇ ਇਕੁਅਲ ਹੀ ਆਏਗਾ ਕਿਉਂਕਿ ਇਹ ਬਰਾਬਰ ਵੈਕਟਰ ਹਨ ਉਹੀ ਗੱਲ ਹੋ ਗਈ ਨਾ ਇੱਕ ਪੁਆਇੰਟ ਨੂੰ ਇੱਧਰ ਵੀ ਫੋਰਸ ਨਾਲ ਖਿੱਚੀਏ 2 ਨਿਊਟਨ ਦੀ ਤੇ ਇੱਧਰ ਵੀ ਤਾਂ net ਇਫੈਕਟ ਕੀ ਆਉਂਦਾ ਹੈ ਜ਼ੀਰੋ ਆਉਂਦਾ ਹੈ ਉਸੇ ਤਰ੍ਹਾਂ ਅਸੀਂ ਮੂਮੈਂਟਮ ਦਾ ਹਿਸਾਬ ਲੈਣਾ ਹੈ ਕਿ ਇੱਕ ਪਾਸੇ ਜੇ ਬੁਲਟ ਮੂਮੈਂਟਮ ਪਾ ਰਹੀ ਹੈ ਤਾਂ ਗਨ ਨੇ ਵੀ ਉਨਾ ਹੀ ਮੂਮੈਂਟਮ ਦੂਜੀ ਸਾਈਡ ਪਾ ਦੇਣਾ ਹੈ ਇਹ ਕਿਉਂ ਕਰਨਾ ਪੈ ਰਿਹਾ ਹੈ ਕਿਉਂਕਿ ਮੂਮੈਂਟਮ ਕੰਜ਼ਰਵ ਕਰਨਾ ਹੈ ਜ਼ੀਰੋ ਹੈ ਤਾਂ ਹੁਣ ਵੀ ਜ਼ੀਰੋ ਹੀ ਕਰਨਾ ਪੈਣਾ ਹੈ ਔਰ ਉਹਦਾ ਇੱਕੋ ਹੀ ਤਰੀਕਾ ਹੈ ਗਨ ਨੂੰ ਪਿੱਛੇ ਦੀ ਔਰ ਜਾਣਾ ਪੈਣਾ ਹੈ ਹੁਣ ਇਹ ਐਗਜ਼ਾਮਪਲ ਦੇ ਰਾਹੀਂ ਅਸੀਂ ਸਮਝਦੇ ਹਾਂ ਹੁਣ ਦੇਖੋ ਇਸੇ ਐਗਜ਼ਾਮਪਲ ਨੂੰ ਥੋੜਾ ਜਿਹਾ ਸਮਝਦੇ ਹਾਂ ਮੈਂ ਜਿਹੜੇ ਨੰਬਰਸ ਲਵਾਂਗਾ ਜਿਹੜੀ ਵੈਲਿਊਜ਼ ਲਵਾਂਗਾ ਉਹ ਪ੍ਰੈਕਟੀਕਲ ਨਹੀਂ ਹਨ ਬਟ ਸਮਝਣ ਵਾਸਤੇ ਸਿੰਪਲੀਸਿਟੀ ਵਾਸਤੇ ਸਿੰਪਲ ਸਿੰਪਲ ਅਸੀਂ ਰੱਖਿਆ ਹੋਇਆ ਹੈ ਮੰਨ ਲਓ ਜਿਹੜੀ ਇਹ ਗਨ ਹੈ 100 ਕਿਲੋ ਦੀ ਹੈ ਮਾਸ ਆਫ ਗਨ ਇਜ਼ 100 ਕਿਜੀ ਇਹ ਜਸਟ ਸਿੰਪਲੀਸਿਟੀ ਸਮਝਣ ਵਾਸਤੇ ਹੈ ਠੀਕ ਹੈ ਨਾ ਤੋਪ ਨਹੀਂ ਇਹ 100 ਕਿਲੋ ਦੀ ਜਸਟ ਸਮਝਣ ਵਾਸਤੇ ਤੇ ਸਾਡੀ ਜਿਹੜਾ ਮਾਸ ਆਫ ਬੁਲੇਟ ਹੈ ਉਹ 1 ਕਿਜੀ ਹੈ ਜਿਹੜੀ ਵੈਲੋਸਟੀ ਹੈ ਬੁਲੇਟ ਦੀ VB ਜਿਸ ਗਤੀ ਨਾਲ ਉਹ ਨਿਕਲਦੀ ਹੈ ਉਹ ਹੈ 2 ਮੀਟਰ ਪਰ ਸੈਕਿੰਡ ਠੀਕ ਹੈ ਇਹ ਸਿਰਫ ਸਮਝਣ ਵਾਸਤੇ ਹੈ ਪ੍ਰੈਕਟੀਕਲੀ ਇੰਨੀ ਭਾਰੀ ਬੰਦੂਕ ਨਹੀਂ ਹੋਣੀ ਮੈਨੂੰ ਵੀ ਪਤਾ ਹੈ ਪਰ ਚਲੋ ਜੇ ਇਹ ਚੀਜ਼ਾਂ ਸਾਨੂੰ ਪਤਾ ਹੋਣ ਕਿਆ ਤੁਸੀਂ ਇਹ ਕੱਢ ਸਕਦੇ ਹੋ ਕਿ ਜਿਹੜੀ ਬੰਦੂਕ ਹੈ ਉਹ ਪਿੱਛੇ ਨੂੰ ਕਿੰਨੀ ਸਪੀਡ ਤੋਂ ਜਾਏਗੀ ਔਰ ਜਾਣਾ ਕਿਉਂ ਪੈ ਰਿਹਾ ਹੈ ਕਿਉਂਕਿ ਉਹਨੂੰ ਮੋਮੈਂਟਮ ਕ੍ਰੀਏਟ ਕਰਨਾ ਹੈ ਦੇਖੋ ਇੱਥੇ ਪਾ ਕੇ ਦੇਖਦੇ ਹਾਂ ਵੈਲਿਊ ਇਹ ਟੋਟਲ ਮੂਮੈਂਟਮ ਜ਼ੀਰੋ ਦੇ ਬਰਾਬਰ ਹੋਣਾ ਚਾਹੀਦਾ ਸੇਮ ਕੰਡੀਸ਼ਨ ਪਹਿਲੇ ਸਟੇਸ਼ਨਰੀ ਸੀ ਤਾਂ ਮੂਮੈਂਟਮ ਜ਼ੀਰੋ ਹੈ ਟੋਟਲ ਕਿਉਂਕਿ ਵੈਲੋਸਟੀ ਕੋਈ ਨਹੀਂ ਸੀ ਹੁਣ 2 ਮੀਟਰ ਪਰ ਸੈਕਿੰਡ ਨਾਲ ਬੁਲੇਟ ਨਿਕਲ ਗਈ ਤਾਂ ਉਹਦਾ ਕੁਝ ਮੂਮੈਂਟਮ ਆ ਗਿਆ ਤਾਂ ਪਲੱਸ ਮਾਸ ਆਫ ਬੁਲੇਟ ਇਜ਼ 1 ਵੈਲੋਸਟੀ ਆਫ ਬੁਲੇਟ ਇਜ਼ 2 ਨਾਉ ਮਾਸ ਆਫ ਗਨ ਇਜ਼ ਅਸੀਂ ਮੰਨਿਆ ਹੈ 100 ਐਂਡ ਸਾਨੂੰ ਪਤਾ ਨਹੀਂ ਕਿ ਵੈਲੋਸਟੀ ਕੀ ਹੋਏਗੀ गांधी नहीं पता बट सही पता है इन दोनों का जोड़ कि बराबर होना चाहिए है जीरो के बराबर होना चाहिए है ठीक है तो ये वैल्यू किदा आ जाएगी देखो वी जी निकल के आ जाएगा ये टू हो जाएगा ठीक है और दूजे पास ले जाओ माइनस टू हो जाएगा माइनस टू बाय हंड्रड हो जाएगा तो वी जी निकल जाएगा माइनस पॉइंट जीरो टू मीटर पर सैकेंड ਤਾਂ ਥੋੜੀ ਜਿਹੀ ਵੈਲੋਸਟੀ ਹੈ ਬਟ ਫਿਰ ਵੀ ਅਸੀਂ ਦੇਖ ਰਹੇ ਹਾਂ ਜਿਹੜੀ ਗਨ ਹੈ ਉਹ ਪਿੱਛੇ ਨੂੰ ਜਾਏਗੀ ਇਹ ਜਿਹੜੀ ਪਿੱਛੇ ਜਾਣ ਦੀ ਸਪੀਡ ਹੈ ਗਨ ਦੀ ਇਹਨੂੰ ਹੀ ਅਸੀਂ ਕਹਿੰਦੇ ਆ ਵੈਲੋਸਟੀ ਆਫ ਰਿਕੋਇਲ ਇਹ ਕਿਸ ਸਿਧਾਂਤੋਂ ਕੱਢਿਆ ਅਸੀਂ ਕੱਢਿਆ ਕਨਜ਼ਰਵੇਸ਼ਨ ਆਫ ਮੋਮੈਂਟਮ ਦੇ ਸਿਧਾਂਤ ਇਹ ਪ੍ਰੋਬਲਮ ਕਰ ਲਈਏ ਇੱਕ ਹੀ 47 ਗਨ ਹੈ ਤੇ ਉਹਦੇ ਕੁਝ ਬੁਲੇਟ ਦਾ ਮਾਸ ਦਿੱਤਾ ਹੋਇਆ ਹੈ ਗੰਦਾ ਮਾਸ ਦਿੱਤਾ ਹੋਇਆ ਹੈ ਬੁਲੇਟ ਜਿਹੜੀ ਸਪੀਡ ਨਾਲ ਨਿਕਲਦੀ ਹੈ ਉਹਨੂੰ ਕਹਿੰਦੇ ਆ ਮਸਲ ਸਪੀਡ ਉਹ ਵੀ ਦਿੱਤੀ ਹੋਈ ਹੈ ਬੁਲੇਟ ਦੀ ਸਪੀਡ ਵੀ ਸਾਨੂੰ ਪਤਾ ਹੈ ਸਾਨੂੰ ਪੁੱਛਿਆ ਜਾ ਰਿਹਾ ਹੈ ਜਿਹੜੀ AK-47 ਹੁੰਦੀ ਹੈ ਇਹ ਕਿੰਨੀ ਸਪੀਡ ਨਾਲ ਰਿਕੋਇਲ ਹੁੰਦੀ ਹੈ ਜਾਂ ਪਿੱਛੇ ਨੂੰ ਆਉਂਦੀ ਹੈ ਅਸੀਂ ਲਾ ਦੇਣਾ ਹੈ ਇੱਥੇ ਕਨਜ਼ਰਵੇਸ਼ਨ ਆਫ ਮੋਮੈਂਟਮ ਜਦੋਂ ਇਹ ਬੰਦੂਕ ਸਟੇਸ਼ਨਰੀ ਸੀ ਰੈਸਟ ਤੇ ਸੀ ਤਾਂ ਟੋਟਲ ਮੋਮੈਂਟਮ ਕੀ ਹੋ ਗਿਆ ਬੁਲੇਟ ਦੀ ਵੈਲੋਸਿਟੀ ਵੀ 0 ਤੇ ਗੰਦੀ ਵੈਲੋਸਿਟੀ ਵੀ 0 ਯਾਨੀ ਕਿ ਮੋਮੈਂਟਮ ਜਿਹੜਾ ਹੈ ਟੋਟਲ ਮੋਮੈਂਟਮ ਜ਼ੀਰੋ ਹੈ ਇਸ ਸਿਸਟਮ ਦਾ ਗਨ ਐਂਡ ਬੁਲਟ ਸਿਸਟਮ ਦਾ ਹੁਣ ਇਹ ਕਨਜ਼ਰਵ ਰਹੇਗਾ ਜੇ ਅਸੀਂ ਫਾਇਰ ਕਰ ਦਿੰਦੇ ਹਾਂ ਗੋਲੀ ਚਲਾ ਦਿੰਦੇ ਹਾਂ AK47 ਦੀ ਤਾਂ ਅਸੀਂ ਜਿਹੜਾ ਵੀ ਮੋਮੈਂਟਮ ਹੁਣ ਕੈਲਕੂਲੇਟ ਕਰਾਂਗੇ ਉਹ ਜ਼ੀਰੋ ਦੇ ਇਕੁਅਲ ਹੀ ਹੋਏਗਾ ਕਿੰਨਾ ਹੋਏਗਾ ਦੇਖ ਲੈਂਦੇ ਹਾਂ ਗੋਲੀ ਚਲਾਣ ਤੋਂ ਬਾਅਦ ਹੁਣ ਮੈਂ ਪਹਿਲੇ ਦਾ ਸਿਨੈਰੀਓ ਲੈ ਕੇ ਤੁਹਾਨੂੰ ਇਹ ਨਹੀਂ ਦੱਸ ਰਿਹਾ ਕਿ ਜ਼ੀਰੋ ਹੋਏਗਾ ਸਿੱਧੇ ਸਿੱਧੇ ਦੱਸ ਰਿਹਾ ਕਿ ਗੋਲੀ ਚਲਾਣ ਤੋਂ ਬਾਅਦ ਮੋਮੈਂਟਮ ਕਿੰਨਾ ਹੋਏਗਾ टोटल मोमेंटम कैलकुलेट कर रहे हैं तो टोटल मोमेंटम आफ्टर फायर कितना होना चाहिए जीरो पर कैलकुलेट करिए मैथ के हिसाब चलिए मास ऑफ गन ठीक है ना? मास ऑफ गन मल्टीप्लाइड बाय वेलोसिटी ऑफ गन प्लस मास ऑफ बुलेट प्लस वेलोसिटी ऑफ बुलेट हो गया टोटल ठीक है ਹੁਣ ਜਿਹੜੀ ਜਿਹੜੀ ਚੀਜ਼ ਪਤਾ ਹੈ ਇੱਥੇ ਅਸੀਂ ਪੜੀ ਜਾਣੀਆਂ ਹਨ ਮਾਸ ਆਫ ਗਨ ਪਤਾ ਹੈ ਸਾਨੂੰ 4 ਕਿਜੀ ਦੀ ਹੁੰਦੀ ਹੈ AK47 ਵੈਲੋਸਟੀ ਆਫ ਗਨ ਸਾਨੂੰ ਪਤਾ ਨਹੀਂ ਹੈ ਇਹ ਸਾਨੂੰ ਕੱਢਣ ਨੂੰ ਕਿਹਾ ਗਿਆ ਹੈ ਪਲੱਸ ਮਾਸ ਆਫ ਬੁਲੇਟ ਕੀ ਹੈ ਮਾਸ ਆਫ ਬੁਲੇਟ ਹੈ 0.008 ਕਿਲੋਗ੍ਰam ਐਕਚੁਅਲੀ ਇਹ ਗ੍ਰਾਮ ਚ ਸੀਗਾ ਤਾਂ ਬਟਾ 1000 ਕਰ ਦੇਣਾ ਹੈ ਤਾਂ 0.008 ਆ ਜਾਏਗਾ 8 ਗ੍ਰਾਮ ਦੀ ਹੁੰਦੀ ਹੈ ਵੈਸੇ multiplied by 7 12 a ki hai velocity of bullet hun e due to conservation principle je da momentum firing de baad aa rya hai e zero de equal hi hovega conserve rahega kyuki stationary se conserve si fire de baad bhi conserve rahega hun is equation nu solve karan da tarika hai e multiply kar lena hai fir dusri passe le jana hai negative ho jayega te 4 naal divide kar dena hai simple तो जरा आंसर आएगा इतने वेलोसिटी ऑफ जी विल बी इक्वल टू माइनस वन पॉइंट फोर अराउंड आएगा मीटर पर सैकेंड तुम्हें कन्फर्म करना है ठीक है सॉल्व करके माइनस वन पॉइंट फोर हूँ माइनस कुछ कह रहा इतने यस क्योंकि असी पॉजिटिव वेलोसिटी बुलेट की समझी हुई है राइट साइड में जानी तो जीड़ी गंज आएगी वो लैफ्ट साइड में जाएगी एक नैगेटिव साइन उ है एक और क्वेश्चन करिए ਉਹਨੇ ਸੈਕਿੰਡ ਸੈਂਪਲ ਪ੍ਰੋਬਲਮ ਹੈ ਇਹਦੇ ਵਿੱਚ ਸਿਸਟਮ ਦੇਖੋ ਸਰ ਇੱਕ ਕੈਰਮ ਬੋਰਡ ਵਾਲਾ ਸਿਸਟਮ ਹੈ ਇਹਦੇ ਚ ਜਿਵੇਂ ਕੈਰਮ ਬੋਰਡ ਚ ਇੱਕ ਸਟ੍ਰਾਈਕਰ ਹੁੰਦਾ ਹੈ ਤੇ ਇੱਕ ਗੀਟੀ ਹੁੰਦੀ ਹੈ ਜਿੰਨੂੰ ਅਸੀਂ ਕਹਿ ਸਕਦੇ ਆਂ ਰਿੰਗ ਇੰਗਲਿਸ਼ ਚ ਇੱਕ ਰਿੰਗ ਹੈ ਤੇ ਇੱਕ ਸਟ੍ਰਾਈਕਰ ਹੈ ਜਿਹੜਾ ਸਟ੍ਰਾਈਕਰ ਹੈ ਉਹਦਾ weight ਹੈ 20 ਗ੍ਰਾਮ ਯਾ ਅਸੀਂ ਇੱਥੇ ਹੀ ਇਹਨੂੰ ਕਿਲੋਗ੍ਰਾਮ ਚ ਕਨਵਰਟ ਕਰ ਲਈਏ ਤਾਂ 0.02 ਹੋ ਜਾਏਗਾ ਕਿਉਂਕਿ 20 ਨਾਲ 1000 ਨੂੰ ਡਿਵਾਈਡ ਕਰ ਦੇਣੀ ਹੈ ਤੇ ਜਿਹੜੀ ਰਿੰਗ ਹੈ ਉਹ 10 ਗ੍ਰam ਦੀ ਹੈ ਇਹਨੂੰ ਵੀ ਥੋੜਾ ਜਿਹਾ ਇਹ ਤੇ ਹੀ ਕਿਲੋਗ੍ਰam ਚ ਕਰ ਲਈਏ ਕੋਈ ਵੀ ਫਾਰਮੂਲਾ ਸੀ ਲਾਵਾਂਗੇ ਹਮੇਸ਼ਾ ਯਾਦ ਰੱਖਣਾ ਹੈ SI ਯੂਨਿਟ ਹੀ ਲਾਣੇ ਹਨ ਜੇ ਕਿਲੋਮੀਟਰ ਪਰ ਆਰ ਦੀ ਸਪੀਡ ਹੁੰਦੀ ਤਾਂ ਪਹਿਲੇ ਮੈਨੂੰ ਮੀਟਰ ਪਰ ਸੈਕਿੰਡ ਕਰਨਾ ਪੈਣਾ ਸੀ ਗ੍ਰam ਹੈ ਤਾਂ ਕਿਲੋਗ੍ਰam ਕਰਨਾ ਪਏਗਾ ਨਹੀਂ ਤੇ ਫਾਰਮੂਲੇ ਗਲਤ ਹੋ ਸਕਦੇ ਨੇ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਹੁਣ ਜਿਹੜਾ ਸਟ੍ਰਾਈਕਰ ਹੈ ਉਹ 2 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਜਾਂਦਾ ਹੈ ਤਾਂ ਇਸ ਰਿੰਗ ਨਾਲ ਟਕਰਾਏਗਾ ਉਦੇ ਬਾਅਦ ਕੀ ਹੋਏਗਾ ਅਸਿਊਮ ਕੀਤਾ ਹੈ ਕਿ ਨਾ ਵਧੀਆ ਸ਼ਾਟ ਲੱਗਾ ਹੈ ਇਹ ਜਿਹੜਾ ਸਟ੍ਰਾਈਕਰ ਹੈ ਉਥੇ ਖਲੋ ਜਾਂਦਾ ਹੈ ਇਹ ਸਟ੍ਰਾਈਕਰ ਇੱਥੋਂ ਸਪੀਡ ਤੇ ਜਾਏਗਾ ਇਹਨੂੰ ਟਕਰਾਏਗਾ ਤੇ ਸਟੇਸ਼ਨਰੀ ਹੋ ਜਾਏਗਾ ਪਰ ਜਿਹੜੇ ਦੂਜੀ ਬਾਲ ਹੈ ਇਹ ਕਿਸੇ ਸਪੀਡ ਨਾਲ ਗਾਹ ਨੂੰ ਨਿਕਲ ਜਾਣੀ ਹੈ ਸਾਨੂੰ ਪਤਾ ਲਗਾਉਣਾ ਹੈ ਇਹਦੀ ਸਪੀਡ ਕਿੰਨੀ ਹੋਏਗੀ ਜਿਹੜਾ 10 ਗ੍ਰਾਮ ਦਾ ਰਿੰਗ ਹੈ ਯਾ ਗੀਟੀ ਹੈ ਇਹਦੀ ਸਪੀਡ ਦੱਸੋ ਜੇ ਇਹ ਖਲੋ ਜਾਂਦਾ ਹੈ ਤਾਂ ਤਾਂ ਅਸੀਂ ਇੱਥੇ ਉਹੀ ਰੂਲ ਲਾ ਲੈਣਾ ਹੈ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਮੋਮੈਂਟਮ ਸਭ ਤੋਂ ਪਹਿਲੇ ਦੇਖਦੇ ਹਾਂ ਕਿ ਜਦੋਂ ਹਾਲੇ ਤੱਕ ਸਟ੍ਰਾਈਕ ਨਹੀਂ ਹੋਈ ਸੀ ਹਾਲੇ ਤੱਕ ਵਜਿਆ ਨਹੀਂ ਸੀ ਤਾਂ ਇਹਦਾ ਟੋਟਲ ਮੋਮੈਂਟਮ ਕੀ ਸੀ ਸਿਸਟਮ ਦਾ ਸਾਡੇ ਸਿਸਟਮ ਚ ਕੀ ਹੈ ਇੱਕ ਸਟ੍ਰਾਈਕਰ ਹੈ ਦੂਜਾ ਇੱਕ ਰਿੰਗ ਹੈ ਬਾਕੀ ਫ੍ਰਿਕਸ਼ਨ ਦੀ ਕੋਈ ਟੈਂਸ਼ਨ ਨਹੀਂ ਲੈਣੀ ਹੈ ਹੈਨਾ ਗ੍ਰੈਵਿਟੀ ਦੀ ਕੋਈ ਟੈਂਸ਼ਨ ਨਹੀਂ ਲੈਣੀ ਹੈ ਇਹਨੂੰ ਆਈਸੋਲੇਟਿਡ ਅਸਿਊਮ ਕੀਤਾ ਹੋਇਆ ਹੈ ਹੁਣ ਦੇਖੋ ਇਹ ਜਿਹੜਾ टोटल मोमेंटम इस टाइम है वो थोड़ा कैलकुलेट कर लीए टोटल मोमेंटम की होएगा जोड़ा स्ट्राइकर का मोमेंटम है प्लस जोड़ा मोमेंटम रिंग का है स्ट्राइकर का मोमेंटम हो जाएगा दा मास है स्ट्राइकर जी वेलोसिटी है स्ट्राइकर प्लस मोमेंटम ऑफ रिंग की हो जाएगा जोड़ा मास है रिंग वेलोसिटी है रिंग टोटल मोमेंटम हो जाएगा तो यह पहले कैलकुलेट कर लीए हूँ देखो मास ऑफ स्ट्राइकर पॉइंट जीरो टू है और वेलोसिटी है दो दी हूँ इतना रिंग है वह तो खलोता होया है ता जीरो है यदा कोई फर्क नहीं पैना प्लस जीरो कर सकता हाँ क्योंकि उन्हें अपना मोमेंटम जीरो कर लेना है रिंग का कोई मोमेंटम नहीं है बट टोटल मोमेंटम बिफोर स्ट्राइकिंग सानू मिल जाना है इनू कैलकुलेट करके आ जाएगा पॉइंट जीरो फोर किलोग्राम मीटर पर सैकंड ਇਹ ਸਾਡਾ ਮੋਮੈਂਟਮ ਆ ਗਿਆ ਬਿਫੋਰ ਸਟ੍ਰਾਈਕ ਜਦੋਂ ਤੱਕ ਉਹ ਗੀਟੀ ਨੂੰ ਨਹੀਂ ਲੱਗਿਆ ਸੀ ਸਟ੍ਰਾਈਕਰ ਤਾਂ ਇਹ ਮੋਮੈਂਟਮ ਉਹਦਾ ਹੈ ਹੁਣ ਲੱਗਣ ਤੋਂ ਬਾਅਦ ਕੀ ਹੋਏਗਾ ਜੋ ਮਰਜੀ ਹੋਵੇ ਇਹ ਧਿਆਨ ਰੱਖਣਾ ਹੈ ਲੱਗਣ ਦੇ ਬਾਅਦ ਮੋਮੈਂਟਮ ਨੇ ਸੇਮ ਰਹਿਣਾ ਹੈ ਜਾਂ ਕਨਜ਼ਰਵ ਰਹਿਣਾ ਹੈ ਸੇਮ ਹੀ ਵੈਲਿਊ ਆਏਗੀ 0.04 ਦੇ ਬਰਾਬਰ ਹੀ ਆਏਗਾ ਤਾਂ ਉਹ ਸਿਨੈਰੀਓ ਦੇਖ ਲਈਏ ਥੋੜਾ ਚਲੋ ਹੁਣ ਜਦੋਂ ਇਹ ਸਟ੍ਰਾਈਕ ਹੁੰਦਾ ਹੈ ਤਾਂ ਕੁਝ ਵੈਲੋਸਟੀ ਆ ਜਾਏਗੀ ਰਿੰਗ ਚ बट सानूँ यह दिता गया है कि जो स्ट्राइकर है वह खुलो जाता है तो हूँ इस सिस्टम का मोमेंटम कट के देखिए टोटल लग के देखिए टोटल मोमेंटम आफ्टर स्ट्राइक स्ट्राइक होने तो मोमेंटम पहले दा कट चुके हैं पॉइंट जीरो फोर पर हूँ कड़ना है आफ्टर स्ट्राइक ही होएगा फॉर्मूला सेम रहेगा मास ऑफ स्ट्राइक मल्टीप्लाइड बाय वेलोसिटी ऑफ स्ट्राइकर प्लस मास ऑफ रिंग इंटू वलोसिटी ऑफ रिंग हूँ सूँ मास ऑफ स्ट्राइकर पता है पॉइंट जीरो टू वैलोसिटी ऑफ स्ट्राइकर की होगी ऑन स्ट्राइकिंग के बाद वो तो खिलो गया है रेस्ट है तो यह मल्टप्लाइड बाय जीरो ही हो जाएगा ना वट अबाउट मास ऑफ रिंग वो है पॉइंट जीरो वन 10 ग्राम है तो हजार ਨਾਲ ਡਿਵਾਈਡ ਕਰਾਂਗੇ ਤਾਂ 0.01 ਆ ਜਾਏਗਾ ਵੈਲੋਸਟੀ ਆਫ ਰਿੰਗ ਸਾਨੂੰ ਪਤਾ ਨਹੀਂ ਠੀਕ ਹੈ ਤਾਂ a ਵੈਲਿਊ ਤਾਂ ਜ਼ੀਰੋ ਹੀ ਹੋਗੀ ਨੋਟਾ ਦਈਏ ਇਹਦਾ ਕੋਈ ਜ਼ਰੂਰਤ ਨਹੀਂ ਤਾਂ ਇਹ ਮੋਮੈਂਟਮ ਆ ਰਿਹਾ ਹੈ ਸਾਡਾ ਆਫਟਰ ਦ ਸਟ੍ਰਾਈਕਿੰਗ ਮੋਮੈਂਟਮ ਜੇ ਕਨਜ਼ਰਵ ਹੋਏਗਾ ਤਾਂ ਜਿਹੜੀ ਪਹਿਲੇ ਵੈਲਿਊ ਕੱਢੀ ਹੈ ਇਹ ਉਹਦੇ ਬਰਾਬਰ ਹੋ ਜਾਏਗਾ ਕੀ ਹੈ 0.04 ਕੱਢਿਆ ਸੀ ਮੋਮੈਂਟਮ ਕਨਜ਼ਰਵ ਰਹਿੰਦਾ ਹੈ ਤਾਂ ਮੋਮੈਂਟਮ ਕਨਜ਼ਰਵੇਸ਼ਨ ਜਦੋਂ ਅਸੀਂ ਲਾਦਾਂਗੇ ਵੀਰ ਵਾਸਤੇ ਸੋਲਵ ਕਰ ਸਕਦੇ ਹਾਂ 0.01 ਨੂੰ 0.04 ਦੇ ਥੱਲੇ ਲੈ ਜਾਾਂਗੇ ਡੈਸੀਮਲ ਕੱਟ ਜਾਣਗੇ ਤਾਂ ਵੀ ਆਰ ਸਾਨੂੰ ਮਿਲ ਜਾਏਗਾ 4 ਮੀਟਰ ਪਰ ਸੈਕਿੰਡ